ਅਕਾਲ ਜੀ, ਫਤਿਹ ਨਿਊਜ਼ ਖਬਰਾਂ ਚ ਤੁਹਾਡਾ ਸਵਾਗਤ ਹੈ। ਇਸ ਵਕਤ ਫਤਿਹ ਨਿਊਜ਼ ਦੀ ਟੀਮ ਪਹੁੰਚੀ ਹੈ ਪਿੰਡ ਨੰਡਾਲੋ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ, ਜਿੱਥੇ ਕਿ ਸ੍ਰੀ ਰਾਮ ਮੰਦਿਰ ਦੇ ਅਸਥਾਨ ਤੇ ਡੇਰਾ 1008 ਸਤਿਗੁਰ ਬਾਬਾ ਧਿਆਨ ਦਾਸ ਜੀ ਦੇ ਅਸਥਾਨ ਤੇ ਸਮੂਹ ਨੰਗਨ ਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਮੰਦਿਰ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜਾ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਮਹੰਤ ਸ੍ਰੀ ਚੰਦਰਭੁਜ ਦਾਸ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਦੱਸਿਆ ਕਿ 2 ਸਤੰਬਰ ਨੂੰ ਸ੍ਰੀ ਮੱਧ ਭਾਗਵਤ ਮਹਾਂਪੁਰਾਣ ਜੀ ਦਾ ਪਾਠ ਆਰੰਭ ਕੀਤਾ ਸੀ, ਜਿਨ੍ਹਾਂ ਦੇ ਭੋਗ 8 ਸਤੰਬਰ ਨੂੰ ਪਾਏ ਗਏ। ਉਪਰੰਤ ਭਗਤ ਸਿੰਘ ਵੱਡੋਂ ਨਰੇਸ਼ ਕੁਮਾਰ ਨੰਗਲਠੰਡ ਨੇ ਸ੍ਰੀ ਕ੍ਰਿਸ਼ਨ ਮਹਿਮਾ ਜੀ ਦੇ ਗੁਣਗਾਇਨ ਕੀਤੇ। ਇਸ ਮੌਕੇ ਮਹੰਤ ਸ੍ਰੀ ਚੰਦਰਭੁਜ ਦਾਸ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਸੁਰਪਤ ਦੇ ਕੇ ਸਨਮਾਨਿਤ ਕੀਤਾ। ਕੈਮਰਾਮੈਨ ਡਾਕਟਰ ਗੋਪੀ ਚੰਦ ਰਾਜਪੁਰ ਪਾਈਆ, ਮੈਂ ਹਰਵਿੰਦਰ ਸਿੰਘ ਭੁੰਗਨੀ, ਫਤਿਹ ਨੂੰ ਚੈਨਲ ਹੁਸ਼ਿਆਰ। ਸ੍ਰੀ ਸ਼ਾਮ ਬਨ ਕਰਕੇ ਪਟਕ ਕਰ ਕੰਸ ਕੋ ਮਾਰੇ, ਦਸੋ ਗੁਰੂਓਂ ਕਾਲੇ ਅਵਤਾਰ, ਵਹੀ ਹਰ ਰੂਪ ਥੇ ਧਾਰੇ, ਧਰਮ ਕਾ ਲੋਪ ਹੋ ਕਰ ਜਬ ਪਾਪ ਮੈਂ ਸੰਸਾਰ ਹੋਤਾ ਹੈ, ਦੁਖੀ ਔਰ ਦੀਨ ਨਿਰਬਲ ਕਾ ਜਬ ਹਾਹਾਕਾਰ ਹੋਤਾ ਹੈ, ਪ੍ਰਭੂ ਕੇ ਭਗਤੋਂ ਪਰ ਜਬ ਘੋਰ ਅਤਿਆਚਾਰ ਹੋਤਾ ਹੈ, ਤਭੀ ਸੰਸਾਰ ਮੇਂ ਭਗਵਾਨ ਕਾ ਅਵਤਾਰ ਹੋਤਾ ਹੈ। ਗਏ ਸਾਰੇ ਤਾਲੇ, ਵਾਹ ਕਿਆ ਬਾਤ ਹੋ ਗਈ, ਜੱਫੇ ਜਨਮੇ ਕਨਈਆ ਕਰਾਮਾਤ ਹੋ ਗਈ, ਜੱਫੇ ਜਨਮੇ ਕਨਈਆ ਕਰਾਮਾਤ ਹੋ ਗਈ, ਆਵਨ ਘੋਰ ਅੰਧੇਰਾ ਕੈਸੀ ਰਾਤ ਹੋ ਗਈ, ਆਵਨ ਘੋਰ ਅੰਧੇਰਾ ਕੈਸੀ ਰਾਤ ਹੋ ਗਈ, ਜੱਫੇ ਜਨਮੇ ਕਨਈਆ ਕਰਾਮਾਤ ਗਏ ਸਾਰੇ ਤਾਲੇ, ਓਏ ਕਿਆ ਬਾਤ ਹੋ ਗਈ। ਕ੍ਰਿਸ਼ਨ ਬਲਦੇਵ ਕੀ ਜੈ। ਸਥਾਨ ਸ੍ਰੀ 1008 ਸਤਿਗੁਰੂ ਬਾਬਾ ਧਿਆਨ ਦਾਸ ਜੀ ਜਨਮਾਸ਼ਟਮੀ ਕੇ ਮਹਾਂ ਉਤਸਵ ਤੇ 2 ਤਾਰੀਖ ਤੋਂ ਸ੍ਰੀਮਦ ਭਾਗਵਤ ਕਾ ਪਾਠ ਚੱਲ ਰਿਹਾ ਸਾਂ, ਜੋ 8 ਤਾਰੀਖ ਆਜ ਉਹਦਾ ਭੋਗ ਪਾਇਆ ਗਿਆ। ਸਾਰੀ ਸੰਗਤ ਨੇ ਹਾਜ਼ਰੀ ਲਗਾਈ, ਕਥਾ ਕੀਰਤਨ ਹੋਇਆ, ਭੰਡਾਰੇ ਦਾ ਪ੍ਰੋਗਰਾਮ ਚੱਲਿਆ ਔਰ ਸਭ ਨੇ ਖੁਸ਼ੀਆਂ ਬੜੇ ਯਹਾਂ ਸੇ ਆਸ਼ੀਰਵਾਦ ਲੈ ਕੇ ਗਏ। ਬੋਲੋ ਰਾਘਵਿੰਦਰ ਸਰਕਾਰ ਕੀ ਜੈ।